ਗਿਆਨੀ ਜੀ, ਇੱਕ ਚਰਨਜੀਤ ਸਿੰਘ ਜੀ ਅੰਮ੍ਰਿਤਸਰ ਤੋਂ ਨੇ, ਉਹਨਾਂ ਨੇ ਪਿਛਲੀ ਵਾਰ ਤੁਹਾਨੂੰ ਅਸੀਂ ਕਾਲ ਕਰਦੇ ਰਹੇ ਇਸ ਪ੍ਰੋਗਰਾਮ 'ਚ, ਅਤੇ ਆਪਣੀ ਨੈਟਵਰਕ ਦੀ ਪ੍ਰੋਬਲਮ ਕਰਕੇ ਅਸੀਂ ਉਹ ਗੱਲ ਨਹੀਂ ਕਰ ਸਕੇ। ਉਹਨਾਂ ਦਾ ਇੱਕ ਸਵਾਲ ਸੀ ਵੀ ਮਨ ਕੀ ਹੈ, ਵੀ ਮਨ ਗੁਰਬਾਣੀ ਦੇ ਵਿੱਚ ਮਨ ਨੂੰ ਅਕਾਲ ਪੁਰਖ ਦੀ ਜੋਤ ਵੀ ਕਿਹਾ ਹੈ, ਵੀ ਮਨ ਤੂੰ ਜੋਤ ਸਰੂਪ ਹੈ। ਅਤੇ ਫਿਰ ਕਹਿੰਦੇ ਗੁਰਬਾਣੀ ਦੇ ਵਿੱਚ ਹੀ ਮਨ ਨੂੰ ਜਿਹੜਾ ਹੈਗਾ ਸਵਾਨ ਕਰਕੇ ਵੀ ਸੰਬੋਧਨ ਕੀਤਾ ਗਿਆ ਹੈ, ਵੀ ਇਹਦਾ ਥੋੜ੍ਹਾ ਜਿਹਾ ਸਮਝਾਓ। ਭਗਤ ਕਬੀਰ ਜੀ ਨੇ ਬੜੀ ਕਿਰਪਾ ਕੀਤੀ ਹੈ, ਕਿਉਂਕਿ ਜਿਹੜਾ ਜਿਸ ਰਾਹ ਦਾ ਪਾਂਧੀ ਹੋਵੇਗਾ ਉਹੀ ਉਸ ਰਾਹ ਦਾ ਜਾਣੂ ਹੋਵੇਗਾ ਔਰ ਉਹੀ ਉਸ ਰਾਹ ਬਾਰੇ ਦੱਸ ਸਕੇਗਾ। ਭਗਤ ਜੀ ਦਾ ਕਥਨ ਹੈ ਕਬੀਰ, ਮੰਮਾ ਮਨ ਸਿਉਂ ਕਾਜ ਹੈ। ਸਾਡੇ ਜੀਵਨ ਦੀ ਸਫਲਤਾ ਦਾ ਕੰਮ ਮਨ ਨਾਲ ਸੰਬੰਧਿਤ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਉਹ ਕਹਿੰਦੇ ਨੇ ਵੀ ਸਾਰਾ ਕਾਰਜ ਮਨ ਨਾਲ ਹੀ ਹੈ। ਹੁਣ ਸਵਾਲ ਹੈ ਕਿ ਮਨ ਹੈ ਕੀ? ਭਗਤ ਜੀ ਨੇ ਇਹਨੂੰ ਖੋਲਿਆ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕਾ ਜੀਓ, ਇਹ ਮਨ ਲੇ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤਾਂ ਕਹਿ। ਇਹ ਮਨ ਮਾਇਆ ਨਾਲ ਜੁੜ ਜਾਏ ਮਾਇਆ ਬਣ ਗਿਆ, ਇਹ ਮਨ ਪਰਮਾਤਮਾ ਨਾਲ ਜੁੜ ਜਾਏ ਪਰਮਾਤਮਾ ਬਣ ਗਿਆ, ਇਹ ਮਨ ਸਰੀਰ ਨਾਲ ਜੁੜਿਆ ਰਹੇ ਇਹ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੋਇਆ। ਕਹਿਣ ਦਾ ਮਤਲਬ ਮਨ ਦੀ ਅਵਸਥਾ ਹੈ, ਅਤੇ ਜਿਉਂ ਜੀ ਮਨ ਨੂੰ ਤੁਸੀਂ ਇਸ ਅਵਸਥਾ ਵਿੱਚ ਲਿਆਓਗੇ ਉਹੋ ਜਿਹਾ ਰੂਪ ਪਾਓਗੇ। ਮਨ ਸਾਡੀਆਂ ਵਾਸ਼ਨਾਵਾਂ ਦਾ, ਫੁਰਨਿਆਂ ਦਾ ਸਮੂਹ ਹੈ। ਤੋ ਗੱਲ ਕੀ? ਸਾਡੇ ਬਜ਼ੁਰਗਾਂ ਨੇ ਸਾਨੂੰ ਤੱਤ ਕੱਢ ਕੇ ਦਿੱਤਾ ਕਿ ਜੈਸੀ ਸੰਗਤ ਵੈਸੀ ਰੰਗਤ, ਸੁਸਾਇਟੀ ਮੋਲਡ ਏ ਮੈਨ। ਸੰਗਤ ਜਿਹੋ ਜਿਹੀ ਤੁਸੀਂ ਵਿੱਚ ਵਰਤੋਗੇ ਮਨ ਦੀ ਅਵਸਥਾ ਉਹੋ ਜਿਹੀ ਬਦਲੇ। ਤੋ ਇਸੇ ਲਈ ਗੁਰਬਾਣੀ ਦੇ ਅੰਦਰ ਮਨ ਨੂੰ ਸਭ ਤੋਂ ਵੱਡਾ ਕੇਂਦਰ ਬਣਾ ਕੇ ਸਭ ਗੱਲਾਂ ਮਨ ਪ੍ਰਥਾ ਕੀਤੀਆਂ ਨੇ। ਇਹ ਠੀਕ ਹੈ ਕਿ ਜਗਿਆਸੂ ਦੇ ਸਵਾਲ ਦਾ ਅੰਤਰੀ ਭਾਵ ਕੀ ਹੈ, ਇਹਨੂੰ ਸਮਝਣ ਲਈ ਸਾਨੂੰ ਗੁਰਬਾਣੀ ਦਾ ਅਧਿਐਨ ਕਰਨਾ ਪਵੇਗਾ। ਇਹੀ ਮਨ ਨੂੰ ਮਹਾਰਾਜ ਨੇ ਚੰਚਲ ਵੀ ਕਿਹਾ, ਇਸੇ ਮਨ ਨੂੰ ਪਿਆਰਾ ਵੀ ਕਿਹਾ, ਇਸੇ ਮਨ ਨੂੰ ਮਿੱਤਰ ਵੀ ਕਿਹਾ, ਔਰ ਸਾਰੀ ਖੇਡ ਹੀ ਮਨ 'ਤੇ ਰੱਖੀ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਫਿਰ ਨਾਲ ਹੀ ਇਹ ਕਿਹਾ ਕਿ ਕੁਝ ਲੋਕ ਯਕਦਮ ਕਾਹਲੀ ਵਿੱਚ ਆਉਂਦੇ ਨੇ, ਹੁਣੇ ਗੱਲ ਬਣ ਜਾਏ। ਭਗਤ ਜੀ ਕਹਿੰਦੇ ਨਹੀਂ, ਸਾਨੂੰ ਅਭਿਆਸ ਤਾਂ ਕਰਨਾ ਪਵੇਗਾ। ਜਿਵੇਂ ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਾਂ ਫੂਲ ਮਿਲਾਏ। ਹੁਣ ਇਹ ਪੰਕਤੀ ਨੂੰ ਸਮਝੋ, ਕੁਦਰਤ ਦਾ ਇੱਕ ਨਿਯਮ ਹੈ ਕਿ ਅਸੀਂ ਫਲਦਾਰ ਬੂਟਾ ਲਾਉਂਦੇ ਹਾਂ ਕਿ ਯਕਦਮ ਫਲ ਲੱਗ ਜਾਂਦੇ ਨੇ? ਨਹੀਂ, ਕੁਦਰਤ ਦਾ ਨਿਯਮ ਹੈ ਪਹਿਲਾਂ ਫੁੱਲ ਆਉਣਗੇ। ਫਲ ਕਾਰਨ ਫੂਲੀ ਬਨ ਰਾਏ, ਬਨਸਪਤੀ, ਫਲ ਲਾਗਾ ਤਾਂ ਫੂਲ ਮਿਲਾਏ। ਜਦੋਂ ਫਲ ਬਣਨੇ ਸ਼ੁਰੂ ਹੋ ਜਾਣਗੇ ਫੁੱਲ ਆਪੇ ਚੜ ਜਾਣਗੇ। ਇਸੇ ਤਰ੍ਹਾਂ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮੈ ਨਾਸ। ਅੱਜ ਅਸੀਂ ਗੁਰਬਾਣੀ ਨੂੰ ਆਪ ਪੜ੍ਹਨ, ਵਿਚਾਰਨ ਅਤੇ ਅਮਲ ਵਿੱਚ ਲਿਆਉਣ ਤੋਂ ਅਵੇਸਲੇ ਹੋ ਗਏ, ਅਤੇ ਇਹ ਚਾਹੁਣ ਲੱਗ ਪਏ ਵੀ ਸਾਡੇ ਕੋ ਕੰਨ 'ਚ ਫੂਕ ਮਾਰੇ, ਕੰਨਾ ਕੋਰਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ। ਫਿਰ ਇਹੋ ਜਿਹੇ ਗੁਰੂ ਵੀ ਆ ਗਏ ਜਿਹੜੇ ਆਪਣੇ ਭੋਰਿਆਂ ਵਿੱਚ ਵਾਲਦੇ ਨੇ, ਕੰਨਾਂ ਵਿੱਚ ਫੂਕਾਂ ਮਾਰਦੇ ਨੇ, ਪਰ ਗੁਰਬਾਣੀ ਦਾ ਗਿਆਨ ਬੜਾ ਸਰਲ, ਸੁਖੈਨ ਅਤੇ ਪ੍ਰੈਕਟੀਕਲੀ ਕਰਕੇ ਦੇਖਣ ਵਾਲਾ ਹੈ। ਇਸ ਲਈ ਜਦੋਂ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਤਾਂ ਮਨ ਦੇ ਸਾਰੇ ਸਰੂਪ ਤੁਹਾਡੀ ਸਮਝ ਵਿੱਚ ਆਉਣਗੇ। ਇਸੇ ਮਨ ਨੂੰ ਖੋਟਾ ਵੀ ਕਿਹਾ,
ਇਸੇ ਮਨ ਨੂੰ ਚੰਚਲ ਵੀ ਕਿਹਾ, ਇਸੇ ਮਨ ਨੂੰ ਮਿੱਤਰ ਵੀ ਕਿਹਾ, ਇਸੇ ਮਨ ਨੂੰ ਪਿਆਰਾ ਵੀ ਕਿਹਾ ਜੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਅਸੀਂ ਮਨ ਨੂੰ ਤਾਂ ਸੁਣਾਉਂਦੇ ਹੀ ਨਹੀਂ। ਜਦੋਂ ਮਨ ਨੂੰ ਸਮਝ ਆ ਗਈ ਕਿ ਚੰਚਲਤਾਈ ਨਾਲ ਗੱਲ ਨਹੀਂ ਬਣਨੀ, ਫਿਰ ਨਾਲ ਹੀ ਅਗਲੀ ਪੌੜੀ 'ਚ ਆਖਿਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ, ਸਾਥ ਤੇਰੇ ਚੱਲੇ ਨਾ ਹੀ, ਤਿਸ ਨਾਲ ਕਿਉਂ ਚਿਤਲਾਈ। ਤੂੰ ਗੱਲ ਕੀ ਮਨ ਸਮਝਾਵਨ ਕਾਰਨੇ ਕਛੂਵਕ ਪੜ੍ਹੀਏ ਗਿਆਨ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਬਾਰੇ ਮੈਂ ਸੁਣਿਆ, ਉਹ ਕਿਹਾ ਕਰਦੇ ਸਨ, ਭਾਈ ਤੂੰ ਜੋ ਪੁੱਛ ਰਿਹਾ ਤੂੰ ਕਿੰਨਾ ਕੁ ਪੜ੍ਹਿਆ। ਆਮ ਬੰਦਾ ਕਹਿੰਦਾ ਮੈਂ ਬਹੁਤ ਪੜ੍ਹਿਆ ਜੀ। ਕਹਿੰਦੇ ਬਾਈ ਫਿਰ ਮੈਂ ਤਾਂ ਇੰਨਾ ਨਹੀਂ ਪੜ੍ਹਿਆ, ਸੁਣਿਆ ਹੈ ਮੈਂ। ਅਤੇ ਜੇ ਉਹ ਬਿਲਕੁਲ ਅਨਪੜ੍ਹ ਹੁੰਦਾ ਕਹਿੰਦੇ ਮੈਂ ਤਾਂ ਕੁਝ ਨਹੀਂ ਜਾਣਦਾ, ਕਹਿੰਦੇ ਮੇਰੇ ਕੋਲ ਪੜ੍ਹ ਕੇ ਆ। ਤੋ ਮਤਲਬ ਕਹਿਣ ਤੋਂ ਕਿ ਜੇ ਸਮਝਣਾ ਹੈ, ਸਮਝਣ ਦੀ ਜਗਿਆਸਾ ਪੈਦਾ ਕਰੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਕੋਈ ਦੁਨੀਆ ਵਿੱਚ ਸਮਝਾਉਣ ਦੇ ਸਮਰੱਥ ਨਹੀਂ। ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਪੈਦਾ ਕਰੋ। ਮਨ ਦਾ ਪਤਾ ਲੱਗ ਜਾਏਗਾ ਮਨ ਕੀ ਹੈ। ਇਸੇ ਮਨ ਨੂੰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਆਪਣੇ ਮੂਲ ਤੋਂ ਭੁੱਲੇ ਹੋਏ ਹਾਂ। ਪਰ ਇੱਕੋ ਹੀ ਪ੍ਰਸ਼ਨ ਦਾ ਉੱਤਰ ਦੇਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਨ ਪਰਥਾਏ ਇਤਨਾ ਕੁਝ ਕਿਹਾ ਹੈ, ਪਰ ਉਹ ਆਪ ਪੜ੍ਹੇ ਤੋਂ ਬਿਨਾਂ ਤੁਹਾਡੀ ਸਮਝ ਵਿੱਚ ਨਹੀਂ ਆ ਸਕੇਗਾ। ਮੈਂ ਘੰਟਿਆਂ ਬੱਧੀ ਬੋਲੀ ਜਾਵਾਂਗਾ, ਤੁਸੀਂ ਫਿਰ ਉੱਥੇ ਦੇ ਉੱਥੇ ਖੜ੍ਹੇ ਰਹੋਗੇ। ਪਰ ਜਿਸ ਦਿਨ ਤੁਸੀਂ ਆਪ ਗੁਰਬਾਣੀ ਨਾਲ ਰੂਬਰੂ ਹੋ ਜਾਓਗੇ, ਤੁਹਾਡੇ ਸਾਰੇ ਮਸਲੇ ਹੱਲ ਹੋ ਸਕਣਗੇ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ।